ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਡਾਕਟਰ ਦੇ ਵੱਲੋਂ ਕੁੜੀ ਨੂੰ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ। ਕੁੜੀ ਦਿਮਾਗੀ ਰੂਪ ਦੇ ਵਿੱਚ ਠੀਕ ਨਾ ਹੋਣ ਦੇ ਕਾਰਨ ਡਾਕਟਰ ਦੇ ਕਮਰੇ ਦੇ ਵਿੱਚ ਰੋਜ਼ ਆ ਜਾਂਦੀ ਸੀ, ਜਿਸ ਦੇ ਚਲਦਿਆਂ ਡਾਕਟਰ ਪਰੇਸ਼ਾਨ ਰਹਿੰਦਾ ਸੀ। ਉੱਥੇ ਹੀ ਡਾਕਟਰ ਨੇ ਪੁਲਿਸ ਨੂੰ ਬੁਲਾ ਕੇ ਕੁੜੀ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਸੀ, ਪਰ ਕੁੜੀ ਨੇ ਭੱਜਣ ਦੀ ਕੋਸ਼ਿਸ਼ ਦੇ ਵਿੱਚ ਡਾਕਟਰ ਨੂੰ ਗੁੱਸਾ ਆ ਗਿਆ ਅਤੇ ਡਾਕਟਰ ਨੇ ਆਪਣਾ ਆਪਾ ਖੋ ਦਿੱਤਾ ਅਤੇ ਪੁਲਿਸ ਦੇ ਸਾਹਮਣੇ ਹੀ ਮਹਿਲਾ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਉੱਥੇ ਮੌਕੇ ਤੇ ਖਲੀ ਪੁਲਿਸ ਬੁੱਤ ਬਣ ਕੇ ਦੇਖਦੀ ਰਹੀ। ਉੱਥੇ ਹੀ ਜਦੋਂ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਲੜਕੀ ਦਿਮਾਗੀ ਤੌਰ ਤੇ ਠੀਕ ਨਹੀਂ ਹੈ, ਜੋ ਹਰ ਰੋਜ਼ ਮੇਰੇ ਕੋਲ ਆ ਕੇ ਮੇਰੇ ਤੋਂ ਪੈਸਿਆਂ ਦੀ ਮੰਗ ਕਰਦੀ ਸੀ ਅਤੇ ਦਵਾਈਆਂ ਵੀ ਲਿਖਵਾ ਲੈਂਦੀ ਸੀ ਅਤੇ ਮੈਂ ਲਿਖ ਦਿੰਦਾ ਸੀ, ਪਰ ਅੱਜ ਤੇ ਹਾਜ਼ਰੀ ਹੋ ਗਈ। ਇਹ ਕੁੜੀ ਮੇਰੇ ਕਮਰੇ ਦੇ ਵਿੱਚ ਆ ਕੇ ਦਵਾਈ ਮੰਗਣ ਲੱਗੀ ਅਤੇ ਮੇਰੇ ਤੋਂ ਜਬਰਨ ਪੈਸਿਆਂ ਦੀ ਵੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੀ ਸੀਟ ਤੇ ਆ ਕੇ ਬਹਿ ਗਈ। ਇਸ ਦੀ ਸ਼ਿਕਾਇਤ ਮੈਂ ਸੀਨੀਅਰ ਮੈਡੀਕਲ ਅਫਸਰ ਨੂੰ ਕੀਤੀ ਅਤੇ ਮੌਕੇ ਤੇ ਪੁਲਿਸ ਨੂੰ ਬੁਲਾ ਲਿਆ ਗਿਆ। ਡਾਕਟਰ ਨੇ ਦੱਸਿਆ ਕਿ ਮੇਰੀ ਦਸਤਾਰ ਦੇ ਉੱਤੇ ਜਦੋਂ ਇਸ ਕੁੜੀ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਮੈਂ ਆਪਣੇ ਆਪੇ ਤੋਂ ਬਾਹਰ ਹੋ ਕੇ ਇਹ ਕਦਮ ਚੁੱਕਿਆ ਹੈ ਤੇ ਜਿਹੜੀ ਵੀ ਮੈਂ ਗਲਤੀ ਕੀਤੀ ਹੈ ਮੈਂ ਉਸ ਦੀ ਮਾਫੀ ਮੰਗਦਾ ਹਾਂ। ਪਹਿਲਾਂ ਮੈਂ ਇੱਕ ਦੋ ਵਾਰੀ ਇਹਦੀਆਂ ਦਵਾਈਆਂ ਲਿਖ ਦਿੱਤੀਆਂ ਸੀਗੀਆਂ ਕਿਉਂਕਿ ਦੂਜੇ ਡਾਕਟਰ ਨਹੀਂ ਸੀਗੇ, ਫਿਰ ਮੈਂ ਕੱਲ੍ਹ ਇਹਦੀ ਦਵਾਈ ਮੈਂ ਮਨਾ ਕਰਤੀ, ਮੈਂ ਕਿਹਾ ਮੈਂ ਨਹੀਂ ਲਿਖਣੀ ਕਿਉਂਕਿ ਐਕਸਟਰਾ ਦਵਾਈ ਦੇਣ ਦਾ ਤੁਹਾਨੂੰ ਉਹ ਮਨਾ ਕਰਦੇ ਗਏ, ਜਦੋਂ ਪੇਸ਼ੈਂਟ ਨੂੰ ਕੋਈ ਦਿੱਕਤ ਹੀ ਨਾ ਲੱਗੇ ਤੁਹਾਨੂੰ ਤਾਂ ਦਵਾਈ ਨਹੀਂ ਲਿਖਣੀ ਚਾਹੀਦੀ। ਕੱਲ੍ਹ ਇਹ ਆਈ ਕਹਿੰਦੀ ਮੈਨੂੰ ਧੱਕੇ ਨਾਲ ਦਵਾਈ ਲਿਖੋ, ਇਹਨੇ ਮੈਂ ਇਹ ਕਰਨਾ ਉਹ ਕਰਨਾ, ਮੈਂ ਮਨਾ ਕਰ ਦਿੱਤਾ। ਉਸ ਤੋਂ ਬਾਅਦ ਇਹ ਬਾਕੀ ਪੇਸ਼ੈਂਟ ਖੜ੍ਹੇ ਸੀ ਬਾਹਰ ਚਲੀ ਗਈ, ਰੂਮ ਤੋਂ ਬਾਹਰ ਚਲੀ ਗਈ।
ਫਿਰ ਮੈਂ ਬਾਕੀ ਪੇਸ਼ੈਂਟ ਦੇਖ ਕੇ ਵਾਸ਼ਰੂਮ ਕਰਨ ਗਿਆ, ਆ ਕੇ ਮੈਂ ਚੇਅਰ 'ਤੇ ਬੈਠ ਗਈ। ਮੈਂ ਇੱਕੋ ਦਮ ਰੂਮ 'ਚੋਂ ਬਾਹਰ ਨਿਕਲਿਆ ਅਤੇ SMO ਸਰ ਤੋਂ ਕਿਹਾ, SMO ਸਰ ਨੂੰ ਮੈਂ ਇਨਫੋਰਮ ਕੀਤਾ ਕਿ ਸਰ ਇਹ ਲੇਡੀ ਆਈ ਹੋਈ ਹੈ ਜਿਹੜੀ ਡਿਊਟੀ ਆਰ ਦੇ ਵਿੱਚ ਪਰੇਸ਼ਾਨ ਕਰ ਰਹੀ ਹੈ। ਉਹਨਾਂ ਨੇ ਮੈਨੂੰ ਕਿਹਾ ਕਿ 100 ਨੰਬਰ 'ਤੇ ਤੁਸੀਂ ਫੋਨ ਕਰੋ। ਮੈਂ 100 ਨੰਬਰ 'ਤੇ ਫੋਨ ਕੀਤਾ, ਪੁਲਿਸ ਵਾਲੇ ਆਏ। ਉਨੀ ਦੇਰ 'ਚ ਮੈਂ ਆਪਣੇ ਰੂਮ 'ਚ ਦੁਬਾਰਾ ਗਿਆ। ਇਹਨੇ ਮੇਰੇ ਮੁੱਕਾ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਪੱਗ 'ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਜਿਹਦਾ ਮੈਂ ਪਕੜ ਕੇ ਪਿੱਛੇ ਕੀਤਾ। ਉਨੀ ਦੇਰ 'ਚ ਪੁਲਿਸ ਵਾਲਿਆਂ ਨੂੰ ਦੇਖ ਕੇ ਭੱਜਣ ਲੱਗੀ ਅਤੇ ਮੈਂ ਉੱਥੋਂ ਫੜ ਲਿਆ। ਗਾਲਾਂ ਗਲੋਚ ਕਰਨ ਲੱਗ ਗਈ ਮੇਰੇ ਨਾਲ। ਉਨੀ ਦੇਰ 'ਚ ਪੁਲਿਸ ਵਾਲੇ ਆ ਕੇ ਜਾਇਜ਼ ਕੀ ਵੀ ਨਹੀਂ, ਮੈਂ ਮੰਨਦਾ ਮੇਰੀ ਗਲਤੀ ਹੈ, ਜਾਇਜ਼ ਨਹੀਂ ਹੈਗਾ, ਨਹੀਂ ਕਰਨਾ ਚਾਹੀਦਾ, ਪਰ ਉਹਦਾ ਥੋੜ੍ਹਾ ਸੰਤੁਲਨ ਖਰਾਬ ਹੋਇਆ ਪਿਆ ਬੇਬੀ ਦਾ। ਉਹਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਪਿਛਲੇ 15-20 ਦਿਨਾਂ ਤੋਂ, ਕਦੀ ਪੈਸੇ ਮੰਗਦੀ ਹੈਗੀ, ਮੇਰੇ ਕੋਲ ਕਿਰਾਇਆ ਨਹੀਂ ਹੈਗਾ ਜਾਣ ਦਾ, ਮੈਨੂੰ ਪੈਸੇ ਦਿਓ ਹੈਗੇ, ਕਦੀ ਦਵਾਈਆਂ ਮੁਫ਼ਤ ਲਿਖਾ ਜਾਂਦੀ ਹੈਗੀ। ਬਾਕੀ ਤੁਸੀਂ ਹੋਸਪਿਟਲ ਤੋਂ ਇਨਕੁਆਇਰ ਕਰ ਸਕਦੇ ਹੈਗੇ ਸਟਾਫ ਤੋਂ, ਸਾਰੇ ਹੋਸਪਿਟਲ ਸਟਾਫ ਨੂੰ ਇਹਨੇ ਕੰਮ ਕੀਤਾ ਹੋਇਆ, ਬਿਨਾਂ ਵਜ੍ਹਾ ਤੋਂ ਆ ਕੇ ਬਹਿ ਜਾਂਦੀ ਹੈ, ਗਾਣੇ ਸੁਣਦੀ ਰਹਿੰਦੀ ਹੈ ਮੋਬਾਈਲ 'ਤੇ। ਥੋੜ੍ਹਾ ਲੱਗ ਰਿਹਾ ਹੈਗਾ, ਬਾਕੀ ਵਧੀਆ ਤੁਹਾਨੂੰ ਸਾਈਕੈਟਰੀ ਵਾਲੇ ਦੱਸ ਸਕਦੇ ਹੈਗੇ ਆ। ਜਿੱਥੋਂ ਤੱਕ ਮੈਨੂੰ ਲੱਗ ਰਿਹਾ ਮੈਂਟਲੀ ਅਪਸੈਟ ਹੈ, ਉਹਦੀ ਦਵਾਈਆਂ ਲੈਣਾ ਪੈਣਾ। ਜ਼ਿਆਦਾ ਕੀ ਅਸੀਂ ਇੱਕ ਟਾਈਮ 'ਤੇ 5 ਦਿਨ ਦੀ ਦਵਾਈ ਲਿਖ ਰਹੇ ਹਾਂ, ਉਸ ਤੋਂ ਜ਼ਿਆਦਾ ਨਹੀਂ ਲਿਖ ਸਕਦੇ, ਪਰ ਇਹ ਰੋਜ਼ ਹੀ ਦਵਾਈ ਲੈਣਾ। ਪਰਚਾ ਦਰਜ ਹੋਇਆ ਵੀਡੀਓ ਵਾਇਰਲ ਵੇਖਦੇ ਹੋਏ, ਇਹਦੇ ਬਾਰੇ ਕੀ ਕਹੋਗੇ? ਉਹ ਅੱਜ ਇੱਕ ਵੀਡੀਓ ਵਾਇਰਲ ਹੋਈ ਹੈ, ਤੁਹਾਨੂੰ ਸਾਰਿਆਂ ਦੇਖੀ ਹੋਣੀ ਆ, ਸਿਵਲ ਅਫਸਰ ਫਿਰੋਜ਼ਪੁਰ ਵਿੱਚ ਡਾਕਟਰ ਇੱਕ ਲੇਡੀ ਨੂੰ ਉੱਥੋਂ ਫੜ ਕੇ ਉਹਦੇ ਨਾਲ ਮਿੱਥੇ ਵਿਖਾ ਰਿਹਾ, ਮਤਲਬੀ ਵੀ ਕੀਤੀ ਆ। ਉਹਦੇ ਸੰਬੰਧ ਵਿੱਚ ਸੁਖਮ ਮੋਟੋ FIR ਨੰਬਰ 82 ਥਾਣੇ ਕਿਤੇ ਦਰਜ ਕਰਤੀ ਆ। ਅਗਲੀ ਲੇਡੀ ਬਾਰੇ ਆਈਡੈਂਟੀਫਾਈ ਕੀਤੀ ਜਾ ਰਹੀ ਵੀ ਉਹ ਲੇਡੀ ਕੌਣ ਹੈ, ਉਹਨੂੰ ਉਭਾਲ ਕੇ ਸਿੱਧਾ ਪੱਤਰ ਜਾਂਚ ਜੋ ਵੀ ਸੰਬੰਧਿਤ ਕਾਰਵਾਈ ਜਿਹੜੀ। ਫਿਰੋਜ਼ਪੁਰ ਤੋਂ ਕੀਰਤੀ ਸ਼ਰਮਾ, ਦਿਵਿਆ ਪੰਜਾਬ TV।